लगाता भाई आईना लगाता भाई मेरे भाई मेरे भाई 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 मेरे भाई। ਵਕੀਲਾਂ ਦੇ ਚੈਂਬਰ ਦੇ ਵਿੱਚ ਚੋਰੀ ਕਰਨ ਵਾਲੇ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਜਿਸ ਦੇ ਉੱਤੇ ਇਹ ਇਲਜ਼ਾਮ ਲਗਾਏ ਗਏ ਨੇ। ਦੱਸ ਦਈਏ ਕਿ ਜਦੋਂ ਇਹ ਦੁਬਾਰਾ ਤੋਂ ਕਿਹਾ ਜਾ ਰਿਹਾ ਕਿ ਚੋਰੀ ਕਰਨ ਦੇ ਲਈ ਆਇਆ ਤਾਂ ਇਸ ਨੂੰ ਵਕੀਲਾਂ ਦੇ ਵੱਲੋਂ ਕਾਬੂ ਕਰ ਲਿਆ ਤੇ ਇਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਮੌਕੇ ਤੇ ਆ ਕੇ ਇਸ ਸ਼ਖਸ ਨੂੰ ਆਪਣੇ ਨਾਲ ਲੈ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਤਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਬਠਿੰਡਾ ਦੇ ਵਿੱਚ ਵਕੀਲਾਂ ਦੇ ਚੈਂਬਰ 'ਚ ਚੋਰੀ ਕਰਨ ਵਾਲੇ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇਸਨੇ ਇੱਕ ਮਹਿਲਾ ਵਕੀਲ ਦੇ ਪਰਸ ਦੇ ਵਿੱਚੋਂ 5000 ਰੁਪਏ ਚੋਰੀ ਕੀਤੇ ਸਨ, ਜਿਸ ਤੋਂ ਬਾਅਦ ਇਸ ਦੀ ਲਗਾਤਾਰ ਆਲੇ ਦੁਆਲੇ ਦੀ ਸੀਸੀਟੀਵੀ ਦੀ ਤਲਾਸ਼ੀ ਲਈ ਜਾ ਰਹੀ ਸੀ ਕਿ ਆਖਿਰ ਕਿਸ ਦੇ ਵੱਲੋਂ ਇਹ ਪੈਸੇ ਕੱਢੇ ਗਏ ਨੇ। ਤਾਂ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਸ਼ਖਸ ਕੈਦ ਹੋ ਗਿਆ ਸੀ, ਸੇਮ ਇਸਦੇ ਕੱਪੜੇ ਪਾਏ ਹੋਏ ਸੀ ਤੇ ਅੱਜ ਜਦੋਂ ਮੁੜ ਤੋਂ ਇਹ ਇੱਕ ਵਾਰ ਫੇਰ ਤੋਂ ਚੈਂਬਰ ਦੇ ਵਿੱਚ ਚੋਰੀ ਕਰਨ ਦੇ ਲਈ ਆਇਆ ਤਾਂ ਮੌਕੇ ਤੇ ਆ ਕੇ ਇਸ ਨੂੰ ਕਾਬੂ ਕਰ ਲਿਆ ਗਿਆ, ਜਿਸ ਤੋਂ ਬਾਅਦ ਕਈ ਵਕੀਲਾਂ ਦੇ ਵੱਲੋਂ ਇਸ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ। ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਕੇ ਤੇ ਆ ਕੇ ਹੁਣ ਇਸ ਨੂੰ ਕਾਬੂ ਕਰ ਲਿਆ। ਤਾਂ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ। ਮੈਂ ਗੁਰਿੰਦਰ ਸਿੰਘ ਸਿੱਧੂ, ਸੈਕਟਰੀ ਬਾਰ ਐਸੋਸੀਏਸ਼ਨ ਬਠਿੰਡਾ ਬਾਰ ਦਾ ਮੈਂ ਸੈਕਟਰੀ ਹਾਂ ਜੀ। ਇਹ ਜੀ ਅੱਜ ਇੱਕ ਚੋਰ ਫੜਿਆ ਸੀ ਰੰਗੇ ਹੱਥੀਂ। ਇਹ ਪਿਛਲੇ ਸੈਚਰਡੇ ਨੂੰ 3:20 ਤੇ ਇਹ ਸਾਡੇ ਹਰਰਾਜ ਸਿੰਘ ਚੰਨੂ ਜੀ ਨੇ, ਸਾਡੇ ਸਾਬਕਾ ਨਹੀਂ ਸੋਰੀ ਪ੍ਰਧਾਨ ਦੀ ਇਲੈਕਸ਼ਨ ਲੜੀ ਆ ਉਹਨਾਂ ਨੇ, ਉਹਨਾਂ ਦੇ ਚੈਂਬਰ 'ਚ ਕੋਈ ਵੀ ਹੈ ਨਹੀਂ ਸੀ, ਉਹਨਾਂ ਦੇ ਜੂਨੀਅਰ ਦਾ ਪਰਸ ਪਿਆ ਸੀ ਮੈਡਮ ਦਾ। ਉਸ 'ਚੋਂ ਇਹ ਬੰਦਾ 5000 ਰੁਪਇਆ ਕੱਢ ਕੇ ਆਹੀ ਕੱਪੜੇ ਪਾਏ ਸੀ ਅਤੇ ਫਰਾਰ ਹੋ ਗਿਆ। ਕੱਲ੍ਹ ਜਦੋਂ ਅਸੀਂ CCTV ਵੇਖੀ, CCTV 'ਚ ਇਹਦੇ ਆਹੀ ਕੱਪੜੇ ਪਾਏ ਸੀ, ਸਾਫ ਜਾਂਦਾ ਨਜ਼ਰ ਆਉਂਦਾ। 3 ਮਿੰਟ ਇਹਨੇ ਘੱਟੋ ਘੱਟ ਉੱਥੇ ਚੈਂਬਰ 'ਚ ਲਾਏ, ਚੈਂਬਰ ਖਾਲੀ ਸੀ, ਖੁੱਲ੍ਹਾ ਪਿਆ ਸੀ। ਉਸ 'ਚੋਂ ਇਹ ਪੈਸੇ ਲੈ ਕੇ ਚਲਾ ਗਿਆ। ਅੱਜ ਜਦੋਂ ਇਹ ਸਵੇਰੇ ਫੇਰ ਦੁਬਾਰ ਤੋਂ ਵਾਰਦਾਤ ਕਰਨ ਆਇਆ ਤਾਂ ਉਹ ਕੱਪੜਿਆਂ ਤੋਂ ਅਤੇ CCTV ਫੁਟੇਜ ਅਸੀਂ ਆਪਦੇ ਗਰੁੱਪ 'ਚ ਪਾ ਦਿੱਤੀ ਸੀ ਵਕੀਲਾਂ ਦੇ, ਉਹ ਤੋਂ ਇਹ ਸਿਆਣ 'ਚ ਆ ਗਿਆ ਅਤੇ ਉਹਨਾਂ ਨੇ ਪਕੜ ਲਿਆ। ਹੁਣ SHO ਸਾਹਿਬ ਨੂੰ ਫੋਨ ਕੀਤਾ, ਸਿਵਲ ਲਾਈਨ ਥਾਣੇ ਅਤੇ ਪੁਲਿਸ ਆ ਰਹੀ ਹੈ ਅਤੇ ਅਸੀਂ ਇਹ ਪੂਰਾ ਜ਼ੋਰ ਲਾਵਾਂਗੇ ਵੀ ਇਹਨੂੰ ਕੋਈ ਵਕੀਲ ਸਾਡੇ ਇੱਥੋਂ ਕੋਈ ਇਹਨਾਂ ਦੇ ਹੱਕ 'ਚ ਪੇਸ਼ ਨਾ ਹੋਵੇ। ਸਾਡੇ ਵੱਲੋਂ ਮਤਾ ਪਾਇਆ ਜਾਊ ਵੀ ਇਹਦੇ ਖਿਲਾਫ਼ ਕੋਈ ਇਹ ਵਕੀਲਾਂ ਦੇ ਆ ਕੇ, ਪਹਿਲਾਂ ਵੀ DSL 'ਚੋਂ ਇਹਨੂੰ ਚੋਰੀ ਦੇ ਅਤੇ ਪਰਚੇ ਨੇ ਅਤੇ ਵਕੀਲ ਮਿਲਿਆ ਹੋਇਆ ADR ਸੈਂਟਰ 'ਚ, DLSO ਫਰੀ ਦਾ ਵਕੀਲ ਮਿਲਿਆ ਹੋਇਆ। ਅਸੀਂ ਉਹਨਾਂ ਨੂੰ ਵੀ ਐਪਲੀਕੇਸ਼ਨ ਦੇਵਾਂਗੇ ਵੀ ਇਹਦੇ ਖਿਲਾਫ਼ ਇਹਦੇ ਹੱਕ 'ਚ ਕੋਈ ਵਕੀਲ ਸਾਹਿਬ ਨਾ ਪੇਸ਼ ਹੋਣ। ਥੈਂਕ ਯੂ। ਇੱਥੇ ਕੋਈ ਛੱਕੀ ਹਾਲਤ ਦੇ ਵਿੱਚ ਫੜਿਆ ਵਕੀਲਾਂ ਦੇ ਚੈਂਬਰ ਦੇ ਵਿੱਚ, ਕਹਿੰਦੇ ਵੀ ਕੋਈ ਚੋਰੀ ਵਗੈਰਾ ਕਰਦਾ ਸੀ ਤੇ ਵੈਰੀਫਾਈ ਕਰਦੇ ਆ, ਵੈਰੀਫਾਈ ਕਰਕੇ ਜੋ ਸਟੇਟਮੈਂਟ ਲਿਖਾਉਣਗੇ ਬਣਦੀ ਕਾਰਵਾਈ ਕਰਦੇ।